ਗੱਲਾਂ ਤਾਂ ਜੀ ਵੱਡੇ ਵੱਡੇ ਪੁਲ ਬਣਾਉਣ ਦੀਆਂ ਕਰ ਰਹੀ ਹੈ ਸਰਕਾਰ, ਆਹ 40 ਸਾਲ 'ਚ ਇੱਕ ਪੁਲ ਹੀ ਨਹੀਂ ਬਣੀ ਇਹਨਾਂ ਤੋਂ, ਵੇਖ ਲਓ ਤੁਸੀਂ ਆਪ ਵੇਖ ਲਓ ਇਹਦਾ ਇੰਨਾ ਕੁ ਮੂੰਹ ਹੈ ਕਿ ਇਹਦੇ 'ਚੋਂ ਪਾਣੀ ਲੰਘਣਾ, ਸਾਡੀਆਂ ਫਸਲਾਂ ਦਾ ਨਾਸ ਮਾਰਦਾ, ਸਾਡੇ ਪਿੰਡ 'ਚ ਪਾਣੀ ਚੜ੍ਹਦਾ ਜੀ ਇਹਦਾ, ਇੰਨਾ ਸਾਡੇ ਪਿੰਡ ਬਿਮਾਰੀ ਹੈ, ਇੰਨਾ ਕੁ ਬੁਰਾ ਹਾਲ ਹੈ, ਜਾ ਕੇ ਪੁੱਛੋ ਸਾਡੇ 200-300 ਵੋਟ ਹੈ, ਮੈਨੂੰ ਲੱਗਦਾ ਉਹਦੇ 'ਚੋਂ 100-150 ਤਾਂ ਆਪਣੇ ਬਿਮਾਰੀ ਨਾਲ ਪੀੜਦੇ ਜੀ, ਇਹਦਾ ਹੱਲ ਹੋਣਾ ਚਾਹੀਦਾ, ਨਹੀਂ ਅਸੀਂ ਇੱਥੇ ਆਪਾਂ ਨਾ ਇਹ ਬੰਦ ਕਰਾਂਗੇ, ਅਸੀਂ ਪਿੱਛੇ ਨਾਭੇ ਕੋਲ ਜਾ ਕੇ ਇਹਨੂੰ ਬੰਨ ਲਾਵਾਂਗੇ, ਅਸੀਂ ਬੰਦੇ ਸਾਰੇ ਇਕੱਠੇ ਕਰਕੇ ਆਲੇ ਦੁਆਲੇ ਪਿੰਡਾਂ ਦੇ ਸਾਰੇ ਸਾਡੇ ਨਾਲ ਸਹਿਮਤ ਨੇ, ਅਸੀਂ ਇਹਨੂੰ ਬੰਦ ਕਰਾਂਗੇ, ਨਹੀਂ ਇਹਦਾ ਹੱਲ ਹੋਣਾ ਚਾਹੀਦਾ। ਟਿੱਪਰ ਆਉਂਦੇ ਨੇ ਸਾਡੇ ਸਾਰੀਆਂ ਸੜਕਾਂ, ਸਾਰਾ ਨਾਸ ਮਾਰਿਆ ਪਿਆ, ਆਹ ਪੁਲੀ ਐਂ ਨਹੀਂ ਪਤਾ ਹੁਣ ਡਿੱਗ ਜੇ ਇਹਦੇ ਵਿੱਚ ਨੁਕਸਾਨ ਹੀ ਹੋਊਗਾ ਨਾ, ਇਹ ਕੋਈ ਪਤਾ ਨਹੀਂ ਕੌਣ ਕਰਾ ਰਿਹਾ ਕੌਣ ਨਹੀਂ, ਸਾਡੇ ਤਾਂ ਇੱਥੇ ਬੁਰਾ ਹਾਲ ਹੋਇਆ ਪਿਆ ਜੀ, ਸਾਡੇ ਘਰਾਂ 'ਚ ਪੰਡ ਪੰਡ ਮਿੱਟੀ ਚਾੜ੍ਹਦੀ ਇਹਨਾਂ ਨੇ, ਅਤੇ ਸੜਕਾਂ ਦਾ ਨਾਸ ਮਾਰਤਾ, ਪੈਪ ਸਾਡੇ ਭਾਂਤੇ ਟੈਂਕੀ ਵਾਲੇ, ਅਸੀਂ ਮੋਟਰ 'ਤੇ ਲਾ ਕੇ ਉਹਨਾਂ ਨੂੰ ਬਿਠਾ ਲੈਣਾ ਨਾਲ ਕਿ ਇੱਥੇ ਲੰਗਰ ਪਾਣੀ ਛਕੋ, ਨਾਲੇ ਆਪ ਹੀ ਉਹਨਾਂ ਨੇ ਪਤਾ ਲੱਗੂਗਾ ਕਿ ਕਿਵੇਂ ਨੰਘਾਈ ਦਾ, ਕਿਵੇਂ ਇਹਨਾਂ ਨੂੰ ਸੜਕਾਂ ਤੋੜੀ ਦੀਆਂ ਨੇ, ਅਸੀਂ ਉੱਥੇ ਲੰਗਰ ਪਾਣੀ ਛਕਾਵਾਂ ਕਰਾਂਗੇ ਇਹਨਾਂ ਨੂੰ। ਇਹ ਗੰਦਾ ਨਾਲ ਪਿੰਡ ਨੇ ਬਣਾਇਆ ਪੈਸੇ ਇਕੱਠੇ ਕਰਕੇ, ਕੋਈ ਸਰਕਾਰ ਨੇ ਤੇ ਅਜੇ ਤੱਕ ਪੰਜੀ ਨਹੀਂ ਲਾਈ ਜੀ, ਹਾਂ ਇਹ ਸਾਰਾ ਪਿੰਡ ਦਾ, ਪਿੰਡ ਦੇ ਨਹੀਂ ਬਣਾਏ, ਪਿੰਡ ਦੇ ਨਹੀਂ ਬਣਾਏ, ਠੀਕ ਹੈ ਜੀ, ਸਰਕਾਰ ਦਾ ਕੋਈ ਲੱਗਦਾ। ਆ ਦੇਖੋ ਪੁਲੀ 'ਚ ਪਾਣੀ ਲੰਘਦਾ, ਇੰਨਾ ਕੁ ਪਾਣੀ ਵੀ ਰੋਕ ਰੋਕ ਜਾ ਰਿਹਾ ਜੀ,